ਕਰਦੇ ਹਾਂ ਸਾਡਾ ਨਵੇਂ ਬਲੌਗ 'ਚ। ਅਤੇ ਬਾਕੀ ਅੱਜ ਕਿੱਥੇ ਚੱਲਿਆ ਦੇਖ ਲਿਆ ਹੋਣਾ ਟਾਈਟਲ 'ਚ ਥੰਬਨੇਲ ਤੋਂ, ਚੱਲਦੇ ਹਾਂ ਅਤੇ ਹੋ ਗਏ ਨੇ ਸਵੇਰ ਦੇ ਲਗਭਗ 3 ਵੱਜ ਗਏ। ਚਲੋ ਚੱਲੀਏ ਸਰ। ਅਤੇ ਪਰਮਵੀਰ ਭਾਅ ਜੀ ਆਪਣੇ ਕੋਲ ਆ ਗਏ ਨੇ ਚਾਹ ਪੀਂਦੇ ਹੋਏ ਸਵੇਰੇ ਸਵੇਰੇ। ਭਾਅ ਜੀ ਗੱਡੀ 'ਚ ਬਹਿ ਗਏ ਨੇ ਸਾਡੇ ਨਾਲ, ਜਾਣ ਦੀਆਂ ਤਿਆਰੀਆਂ। ਮਿੱਤਰੋ ਅਸੀਂ ਪਹੁੰਚ ਗਏ ਹਾਂ ਬਾਬਾ ਡੇਰਾ ਬਾਬਾ ਨਾਨਕ, ਅਤੇ ਦਿਖਾਉਣੇ ਤੁਹਾਨੂੰ ਬਾਹਰ ਰਹਿੰਦੀ ਗੁਰਦੁਆਰੇ। ਅਤੇ ਪਰਮਵੀਰ ਭਾਅ ਜੀ ਹੁਣੀ ਨਿਕਲਣ ਲੱਗ ਪਏ ਨੇ, ਮਿਲਦੇ ਭਾਅ ਜਾ ਕੇ। ਹਾਂਜੀ, ਅਤੇ ਆਹ ਹੈਗਾ ਕੋਰੀਡੋਰ ਕਰਤਾਰਪੁਰ ਲਿਖਿਆ ਹੋਇਆ ਹੈ, ਅਤੇ ਦੇਖ ਸਕਦੇ ਬੱਦਲ ਹੋ ਗਿਆ ਹੈ। ਪਰਮਵੀਰ ਭਾਅ ਜੀ ਫਿਰ ਆਪਣੇ ਨਾਲ ਉਹ ਉੱਧਰ ਗੁਰਦੁਆਰੇ ਮੱਥਾ ਟੇਕ ਕੇ ਅਸੀਂ ਵੈਦ ਦੇਖਣ ਆ ਗਏ। ਹਾਂਜੀ, ਅਤੇ ਪਹੁੰਚ ਗਏ ਹਾਂ, ਅਤੇ ਬਾਕੀ ਸਾਨੂੰ ਦਿਖਾਉਣੇ ਆ ਸਬਸਕ੍ਰਾਈਬਰ ਮਿਲ ਗਏ ਨੇ, ਅਤੇ ਆਇਆ ਕੋਰੀਡੋਰ। ਸਬਸਕ੍ਰਾਈਬ ਐਂਡ ਲਾਈਕ ਦ ਵੀਡੀਓ। ਅੰਦਰ ਨੂੰ ਜਾਣਾ। ਹਾਂਜੀ, ਅਤੇ ਕਹਿੰਦੇ ਇੱਥੇ ਚਾਹ ਦਾ ਲੰਗਰ ਵੀ ਚੱਲਦਾ ਆ, ਅਤੇ ਆਪਣੀ ਚੈਕਿੰਗ ਹੋ ਗਈ ਹੈ, ਅਤੇ ਹੁਣ ਅੱਗੇ ਇਮੀਗ੍ਰੇਸ਼ਨ ਜਾਣਾ ਆ ਉੱਧਰ, ਅਤੇ ਬਾਕੀ ਸਾਨੂੰ ਦਿਖਾ ਦਈਏ ਅੰਦਰੋਂ। ਅਤੇ ਆ ਉੱਪਰੋਂ, ਹਾਂਜੀ, ਅਤੇ ਅਸੀਂ ਬਹਿ ਗਏ ਹਾਂ ਮੂਵਰਸ ਵਿੱਚ, ਅਤੇ ਹੁਣ ਚੱਲਦੇ ਹਾਂ। ਆਪਾਂ ਤੁਹਾਡਾ ਮੇਰਾ ਨਰਦੀ ਬਹੁਤ ਹੈ ਪਰਮਵੀਰ, ਨਰਦੀ ਬਹੁਤ ਹੈ ਕਹਿੰਦੇ। ਪਤਾ ਵੀ ਲੱਗਦਾ ਕਿੱਧਰ ਨੱਟਦੇ ਪਏ ਆ। ਤੇ ਇੰਡੀਆ ਨੂੰ ਆਪਾਂ ਛੱਡ ਚੱਲੇ ਆ, ਵੈਲਕਮ ਟੂ ਇੰਡੀਆ ਵਾਪਸ ਆਏ। ਤੇ ਇੱਥੇ ਚੈਕਿੰਗ ਹੁੰਦੀ ਹੈ, ਕਹਿੰਦੇ ਪਰਮਵੀਰ ਨੂੰ ਨਹੀਂ ਚੱਲੇ ਪਾਕਿਸਤਾਨ ਨੂੰ ਬਾਰਡਰ ਕਰੋਸ ਕਰਕੇ। ਲਓ ਜੀ, ਅੱਜ ਤੁਹਾਨੂੰ ਬਾਰਡਰ ਕਰੋਸ ਕਰਕੇ ਦਿਖਾ ਦਈਏ। ਆ ਮਾਸੀ ਸਾਡੀ, ਵਲੌਗ ਪਾਉਣਾ ਮੈਂ ਯੂਟਿਊਬ ਤੇ। ਆ ਮਾਸੀ ਹੈ ਸਾਡੀ, ਤੇ ਇਹ ਵੀ ਅੱਜ ਚੱਲੇ ਪਾਕਿਸਤਾਨ ਕਰਤਾਰਪੁਰ ਸਾਹਿਬ। ਹਾਂਜੀ, ਤੇ ਆ ਜੀ LOC, ਤੇ ਕਹਿੰਦੇ ਕਰਕੇ ਕਰੋਸ ਪਾਕਿਸਤਾਨ ਚ ਪਹੁੰਚ ਗਏ ਆ। ਤੇ ਉਹ ਪਾਕਿਸਤਾਨ ਦਾ ਝੰਡਾ ਹੈ ਪਰਮਵੀਰ ਭਾਈ, ਪਹੁੰਚ ਗਏ ਜੀ। ਤੇ ਆ ਬਾਰਡਰ ਛੱਡ ਗਏ ਆ। ਪਰਮਵੀਰ ਕਿੱਦਾਂ ਲੱਗ ਰਿਹਾ ਹੈ? ਚੱਲ ਤੁਸੀਂ ਤਾਂ ਪਹਿਲਾਂ ਹੀ ਬਾਹਰੋਂ ਆਏ ਹੋ, ਆ ਠੰਡ ਕੋ ਫਰਕ ਹੈ? ਹਾਂਜੀ, ਤੇ ਆ ਸੇਮ ਬੱਸ ਜਾਂਦੀ ਹੈ ਫਿਰ ਉੱਧਰ ਗਾਹਾਂ ਪਾਕਿਸਤਾਨ ਨੂੰ। ਤੇ ਆ ਤੁਹਾਨੂੰ ਦਿਖਾਤਾ ਇਮੀਗ੍ਰੇਸ਼ਨ ਫਿਰ ਤੋਂ ਆਪਣੀ ਹੋ ਗਈ ਹੈ, ਤੇ ਮਿਲਦੇ ਹੁਣ। ਤੇ ਉਹ ਬੱਸ ਖੜੀ ਜਿਹ ਚ ਆਏ ਆ, ਦਿਖਾ ਦਿੰਦੇ ਸਾਨੂੰ, ਚਲਦੇ ਅੰਦਰ। ਮੇਨ ਗੁਰਦੁਆਰਾ ਸਾਹਿਬ ਜੋ ਹੈ ਉਹ ਬਿਲਡਿੰਗ ਕੇ ਬਿਲਕੁਲ ਸੈਂਟਰ ਮੇਂ ਹੈ। ਹਾਲ ਕੇ ਅੰਦਰ ਥੋੜਾ ਸਾ ਆਗੇ ਜਾਏਂਗੇ, ਹਾਲ ਕੇ ਅੰਦਰ ਸੇ ਹੀ ਆਪਕੋ ਦਰਸ਼ਨ ਹੋ ਜਾਏਂਗੇ। ਉਸਕੇ ਬਾਅਦ ਅਗਰ ਆਪਨੇ ਹਾਂਜੀ, ਤੇ ਅਸੀਂ ਹੁਣ ਐਂਟਰ ਹੋ ਗਏ ਹਾਂ, ਅਤੇ ਇੱਥੇ ਅੰਦਰ ਵੜਦੇ ਨੇ, ਇਸੇ ਸਾਈਡ 'ਤੇ ਹੈਗਾ ਜੀ ਜੋੜਾ ਘਰ, ਅਤੇ ਬਾਕੀ ਤੁਹਾਨੂੰ ਅੰਦਰ ਵਿਜ਼ਿਟ ਕਰਕੇ ਦਿਖਾਉਣੇ ਆ। ਅਤੇ ਇੱਧਰ ਵੈਸੇ ਜੋੜਾ ਘਰ ਹੈ,
चुके हैं मेन कॉम्प्लेक्स इधर। हाँ जी तो आ सरोवर साहब तो देख सकते हो इधरों एंट्री होंगी इधर इधर गह घूम के इधरों आए हैं पहला इधर घूम के हो जाइए। कहते देखो यहाँ है लंगर हाल त्या मेन गुरुद्वारा जी कॉम्प्लेक्स देख लो खुला कहना ते लंगर हाल देख सकते हो परमवीर भाई हुणी आ रहे ने। हाँ जी ते आ हैगा लंगर हाल जी देख सकते हो। हाँ जी ते हुण तुहानू दिखाने इधरली मार्केट ते उधर जाने पे आ परमवीर भाई हुणी कहिंदे कहिंदे शॉपिंग करनी है की लेना भाजी पता नहीं भाजी देख मैं दस दो भाजी पाकिस्तानी ड्राई फ्रूट कहना कोई लेके जाऊगा मुंडा करूगा अच्छ करा अच कुछ करूगा तो देखते दे पहले कदी कदी शॉप सही ने मेन तो इधर समोसे न्याणे समोसे मगर कहते पाकिस्तान के समोसे खाने तो देखते हैं। हाँ जी तो देख लो ऐसे मेन है खान पीने जो कपड़े की दुकाना है जा कोई हैंडीक्राफ्ट ने वो तो कुछ नहीं देखता पाया मेन कपड़े की दुकाना है परमवीर भाई होनी पानी की लैन गए ने शॉप अंदर तो बाकी देख सकते हो। तो हम अस चले जी बहर न बस खड़ी है बहर दिखती होनी है ओ देख सकते बस खड़ गई है असी फिर चलते हैं बहर पहुंचिए फटाफट फिर निकलीए तो बाकी थानू गुरुद्वारा कैफे दिखा दें तो दे देगा इदा है देखो जी चलो चल दे परमवीर भाई हुणी फिर पासे पासे तेरे हुए ने कह दो भाई परमवीर भाई हुण चले हैं किदां तेरे एक्सपीरियंस बहुत वधिया जी। हाँ जी किदा लग्या आगे बहुत वधिया गुरुद्वारा किदां दा लग्या भाई गुरुद्वारे बहुत सेवा किदां करदे चलो ओके मिलदे फिर बस बह के तो चले इधर तो बस अपनी खड़ गई थानू दस्सिया सी पहला भी तो इधर भी व्यू देख लो तो इधर भी तो उधरली साइड पाकिस्तान वाली बसा रह जांदियां ने हाँ जी तो चले हैं जी अपने देश नू वापस
ਤੇ ਕੰਟਰੀ ਲੀਵ ਕਰਨ ਆਊਟ ਕਰਨ ਗਿਆ ਤੇ ਛੱਡ ਚੱਲੇ ਪਾਕਿਸਤਾਨ ਇੱਧਰ ਤੇ ਕਰੀਏ ਬਾਰਡਰ ਕ੍ਰੋਸ ਫਿਰ ਤੋਂ ਪਹਿਲਾਂ ਫੋਟੋ ਕਰਾ ਲਈਏ ਆ ਫਿਰ ਮਾਸੀ ਕਹਿੰਦੇ ਕਹਿੰਦੇ ਮੈਂ ਬਾਰਡਰ ਫੇਰ ਪਾਰ ਕਰਨ ਲੱਗੀ ਹਾਂ ਤੇ ਜੇ ਦੂਜੀ ਵਾਰੀ ਤੇ ਕਰੀਏ ਪਾਰ ਫਿਰ ਹਾਂ ਆ ਜੀ ਬਾਰਡਰ ਆ ਜਿਹੜੀ ਚਿੱਟੀ ਲੈਣ ਆ ਕਰ ਗਏ ਇੰਡੀਆ ਚ ਪਹੁੰਚ ਗਏ ਰੱਗ ਗਏ ਪੈਰ ਨਿਕਲੇ ਆਏ ਆ ਬਾਹਰ ਤੇ ਚੱਲਦੇ ਹੁਣ ਬੱਸ ਵੱਲ ਨੂੰ ਤੇ ਬਾਕੀ ਸਾਨੂੰ ਦੱਸਦੇ ਹਾਂ ਤੇ ਫਿਰ ਛੋਟਾ ਬਾਅਦ ਵਲੋਗ ਦਾ ਵੀ ਐਂਡ ਕਰ ਦਿੰਦੇ ਹਾਂ ਬਣੇ ਰਹੋ ਪਹੁੰਚ ਗਏ ਕਹਿੰਦੇ ਇਸ ਵੇਲੇ ਕਿੱਥੇ ਪਟਵਾਰੀ ਢਾਬਾ ਨਾਲ ਆਪਣੇ ਫਿਰ ਤੋਂ ਪਾਂਬੀ ਭਾਅ ਜੀ ਅਤੇ ਕਰਦੇ ਹਾਂ ਵਲੋਗ ਦਾ ਐਂਡ ਤੇ ਵਧੀਆ ਲੱਗਿਆ ਤਾਂ ਫਿਰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰ ਦਿਓ ਅਤੇ ਹੋਰ ਵੀਡੀਓ ਦੇਖਣ ਲਈ ਚੈਨਲ ਸਬਸਕ੍ਰਾਈਬ ਕਰ ਲਿਓ ਮਿਲਦੇ ਹਾਂ ਹੋਰ ਵੀਡੀਓ ਚਲੋ ਓਕੇ ਅਤੇ ਇਹ ਵਲੋਗ ਸੀਗਾ ਵੈਸੇ ਤਾਂ ਆਪਾਂ ਮਹੀਨਾ ਡੇਢ ਮਹੀਨਾ ਪਹਿਲਾਂ ਬਣਾਇਆ ਸੀਗਾ ਅਤੇ ਬਾਕੀ ਐਡੀਟਿੰਗ ਐਡੂਟਿੰਗ ਦਾ ਕੰਮ ਜਿਹਾ ਰਹਿ ਗਿਆ ਸੀ ਤਾਂ ਕਰਕੇ ਅਸੀਂ ਸੋਚਿਆ ਵੀ ਹੁਣ ਪਾ ਦਈਏ ਅਤੇ ਬਾਕੀ ਜੇ ਵਧੀਆ ਲੱਗਿਆ ਤਾਂ ਫਿਰ ਲਾਈਕ ਜ਼ਰੂਰ ਕਰ ਦਿਓ ਅਤੇ ਕਮੈਂਟ ਵੀ ਕਰ ਦਿਓ ਅਤੇ ਫਿਰ ਹੁਣ ਨਵੇਂ ਨਵੇਂ ਵਲੋਗ ਤਾਂ ਆਉਗੇ ਪੁਰਾਣਾ ਪੈ ਸੀ ਮੈਂ ਕਿਹਾ ਚਲੋ ਪਾਏ ਦਿੰਦੇ ਹਾਂ ਹੁਣ ਉੱਦਾਂ ਹੀ ਵਲੋਗ ਪੈਂਦੇ ਨਹੀਂ ਪੈਸੇ